ਹੈਲੋ एवरीवन ਵੈਲਕਮ ਟੂ ਵਾਈਫਾਈ ਐਜੂਕੇਸ਼ਨ ਵਾਈਫਾਈ ਐਜੂਕੇਸ਼ਨ ਦੇ ਇਸ ਵੀਡੀਓ ਵਿੱਚ ਅੱਜ ਆਪਾਂ ਡਿਸਕਸ ਕਰਾਂਗੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਲਈ ਮੌਕ ਟੈਸਟ ਨੰਬਰ 6 ਇਸ ਦੇ ਵਿੱਚ ਟੋਟਲ ਆਪਾਂ 25 ਕੁਐਸ਼ਨਸ ਜੀਕੇ ਦੇ ਡਿਸਕਸ ਕਰਾਂਗੇ ਇਹ 25 ਕੁਐਸ਼ਨ ਜੀਕੇ ਦੇ ਜਿਹੜੇ ਹੋਣਗੇ ਪ੍ਰੀਵੀਅਸ ਇਗਜ਼ਾਮ ਦੇ ਉੱਪਰ ਬੇਸਡ ਹੋਣਗੇ ਔਰ ਤੁਹਾਡੇ ਇਗਜ਼ਾਮ ओरिएंटेड ਹੋਣਗੇ ਇਸ ਲਈ ਤੁਹਾਨੂੰ ਇਸ ਵੀਡੀਓ ਨੂੰ ਪੂਰੇ ਧਿਆਨ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜੁੜਦੇ ਰਹਿਣਾ ਹੈ ਔਰ ਜਿਆਦਾ ਤੋਂ ਜਿਆਦਾ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ ਤਾਂ ਕਿ ਜੋ ਵੀ ਸਟੂਡੈਂਟਸ PPCS ਦੀ PCS एग्जाम प्रिंसिपल एग्जाम ਹੈਡ ਮਾਸਟਰ एग्जाम BPO एग्जाम ਜਾਂ ਫਿਰ ਫੰਕਸ਼ਨਲ ਮੈਨੇਜਰ एग्जाम ਜਾਂ ਫਿਰ ਪੰਜਾਬ ਦੀ ਕਿਸੇ ਵੀ ਪੋਸਟ ਦੇ ਲਈ ਤਿਆਰੀ ਕਰ ਰਹੇ ਨੇ ਉਹਨਾਂ ਤੱਕ ਇਹ ਵੀਡੀਓ ਸੀਰੀਜ਼ ਪਹੁੰਚ ਸਕੇ ਇਹ ਵੀਡੀਓ ਸੀਰੀਜ਼ ਹੈ ਜੀ ਇਹ ਬਾਇਲੈਂਗਲ ਰਹਿੰਦੀ ਹੈ ਯਾਨੀ ਜਿਹੜੀ ਸਕਰੀਨ ਦੀ ਭਾਸ਼ਾ ਹੁੰਦੀ ਹੈ ਉਹ ਇੰਗਲਿਸ਼ ਹੁੰਦੀ ਹੈ ਔਰ ਜੋ ਐਕਸਪਲੇਨੇਸ਼ਨ ਹੁੰਦੀ ਹੈ ਉਹ ਪੰਜਾਬੀ ਦੇ ਵਿੱਚ ਹੁੰਦੀ ਹੈ ਤੁਸੀਂ ਆਪਣੇ ਕੰਫਰਟ ਦੇ ਹਿਸਾਬ ਦੇ ਨਾਲ ਸਮਝ ਸਕਦੇ ਹੋ ਇਹ ਮੌਕ ਟੈਸਟ 5th ਇਸ ਦਾ Wi-Fi এডੂਕੇਸ਼ਨ ਦੇ ਉੱਪਰ ਲਾਸਟ ਵੀਡੀਓ ਰਹੇਗੀ ਇਸ ਤੋਂ ਬਾਅਦ ਇਹ ਵੀਡੀਓ ਸੀਰੀਜ਼ ਜਿਹੜੀ ਤੁਹਾਨੂੰ ਕੰਟੀਨਿਊ ਮਿਲੇਗੀ ਪੰਜਾਬ IQ ਚੈਨਲ ਦੇ ਉੱਪਰ ਪੰਜਾਬ IQ ਚੈਨਲ ਦੇ ਉੱਪਰ ਇਸ ਨੂੰ ਫਿਰ ਤੋਂ ਰੀ ਕੰਟੀਨਿਊ ਕੀਤਾ ਜਾਏਗਾ ਇਸ ਮੌਕ ਟੈਸਟ ਸੀਰੀਜ਼ ਨੂੰ ਬਿਲਕੁਲ ਫ੍ਰੀ ਆਫ ਕਾਸਟ ਪੰਜਾਬ IQ ਚੈਨਲ ਦੇ ਉੱਪਰ ਇਹ ਸਪੈਸ਼ਲੀ ਜਿਹੜਾ ਪੰਜਾਬ IQ ਚੈਨਲ ਹੈ ਸਪੈਸ਼ਲੀ ਫॉर ਪੰਜਾਬ ਇਗਜ਼ਾਮਸ ਦੇ ਲਈ ਤਿਆਰ ਕੀਤਾ ਗਿਆ ਹੈ ਔਰ ਤੁਹਾਡੇ ਪੰਜਾਬ ਇਗਜ਼ਾਮ ਦੇ ਸਾਰੇ ਪੋਸਟਾਂ ਦੇ ਲਈ ਇਸ ਦੇ ਉੱਪਰ ਬਿਲਕੁਲ ਫ੍ਰੀ ਆਫ ਕਾਸਟ ਸਟੱਡੀ ਮਟੀਰੀਅਲ ਔਰ ਮੌਕ ਟੈਸਟ ਔਰ ਜੋ ਵੀ ਵੀਡੀਓਜ਼ ਹੋਣਗੀਆਂ ਪੰਜਾਬ ਦੇ ਰਿਲੇਟਡ ਸਾਰੀਆਂ ਤੁਹਾਨੂੰ ਫ੍ਰੀ ਆਫ ਕਾਸਟ ਇਸ ਪੰਜਾਬ IQ ਚੈਨਲ ਦੇ ਉੱਪਰ ਅਵੇਲੇਬਲ ਕਰਵਾਈਆਂ ਜਾਣਗੀਆਂ ਇਸ ਨੂੰ ਸਬਸਕ੍ਰਾਈਬ ਕਰੋ ਜਿਆਦਾ ਤੋਂ ਜਿਆਦਾ ਆਪਣੇ ਫਰੈਂਡ ਨਾਲ ਸ਼ੇਅਰ ਕਰੋ ਤਾਂ ਕਿ ਜੋ ਵੀ ਸਟੂਡੈਂਟਸ ਪੰਜਾਬ ਦੀ ਕਿਸੇ ਵੀ ਪੋਸਟ ਦੇ ਲਈ ਤਿਆਰੀ ਕਰ ਰਹੇ ਨੇ ਉਹਨਾਂ ਤੱਕ ਇਹ ਚੈਨਲ ਦੀ ਰეკਮੈਂਡੇਸ਼ਨ ਪਹੁੰਚ ਸਕੇ ਨੈਕਸਟ ਜਿਹੜੀ ਵੀਡੀਓਜ਼ ਹੋਣਗੀਆਂ ਪੰਜਾਬ ਦੇ ਰਿਲੇਟਡ ਉਹ ਪੰਜਾਬ IQ ਚੈਨਲ ਦੇ ਉੱਪਰ ਹੀ ਕੰਟੀਨਿਊ ਕੀਤੀਆਂ ਜਾਣਗੀਆਂ ਸੋ ਆਪਾਂ ਇਸ ਵੀਡੀਓ ਨੂੰ ਸਟਾਰਟ ਕਰਦੇ ਹਾਂ ਜੀ ਬਿਨਾ ਕੋਈ ਟਾਈਮ ਵੇਸਟ ਕੀਤੇ ਸਭ ਤੋਂ ਪਹਿਲਾ ਕੁਸ਼ਣ ਹੈ ਆਪਣਾ ਦ ਐਸੋਸੀਏਸ਼ਨ ਆਫ ਸਾਊਥ-ਈਸਟ ਏਸ਼ੀਅਨ ਨੇਸ਼ਨਜ਼ ਫਾਊਂਡਡ ਇਨ ਵਿਚ ਈਅਰ ਯਾਨੀ ਏਸ਼ੀਆ ਜੋ ਹੈ ਇਹ ਕਦੋਂ ਫਾਊਂਡ ਹੋਈ ਸੀ ਤੁਹਾਡੇ ਆਪਸ਼ਨ ਨੇ 8 ਅਗਸਤ 1967 8 ਅਗਸਤ 1968 8 ਅਗਸਤ 1969 8 ਅਗਸਤ 1979 ਜਿਹੜੀ ਏਸ਼ੀਆ ਨੇ ਦ ਐਸੋਸੀਏਸ਼ਨ ਆਫ ਸਾਊਥ-ਈਸਟ ਏਸ਼ੀਅਨ ਨੇਸ਼ਨਜ਼ ਇਹ ਫਾਊਂਡ ਹੋਈ ਸੀ 8 ਅਗਸਤ 1967 ਨੂੰ ਇਸ ਲਈ ਆਪਣਾ ਜੋ ਰਾਈਟ ਅਨਸਰ ਇਸ ਕੁਸ਼ਚਨ ਦਾ ਉਹ ਹੈ ਏ ਆਪਸ਼ਨ 8 ਅਗਸਤ 1967 ਆਈ ਹੋਪ ਤੁਹਾਨੂੰ ਇਹ ਕੁਸ਼ਚਨ ਇਹਦਾ ਸਹੀ ਅਟੈਂਪਟ ਕੀਤਾ ਹੋਵੇਗਾ ਇਸ ਤੋਂ ਇਲਾਵਾ ਤੁਸੀਂ ਇਹ ਵੀ ਯਾਦ ਰੱਖਣਾ ਹੈ ਜੋ ਏਸ਼ੀਅਨ ਹੈ ਇਸ ਦਾ ਜਿਹੜਾ ਹੈਡਕ quartਰ ਹੈ ਉਹ ਵੀ ਤੁਹਾਨੂੰ ਯਾਦ ਰੱਖਣਾ ਹੈ ਇਸ ਦਾ ਹੈਡਕ quarter ਜਕਾਰਤਾ ਦੇ ਵਿੱਚ ਜਕਾਰਤਾ ਜੋ ਹੈ ਇਹ ਇੰਡੋਨੇਸ਼ੀਆ ਦੀ ਰਾਜਧਾਨੀ ਹੈ ਇੰਡੋਨੇਸ਼ੀਆ ਦੀ ਕੈਪੀਟਲ ਹੈ ਜਕਾਰਤਾ ਇਸ ਦੇ ਵਿੱਚ ਹੈਡਕ quarter ਹੈ ਏਸ਼ੀਅਨ ਦਾ ਇਸ ਤੋਂ ਇਲਾਵਾ ਤੁਸੀਂ ਇਹ ਵੀ ਯਾਦ ਰੱਖੋ ਇਸ ਦੇ ਜਿਹੜੇ ਸੈਕਟਰੀ ਜਨਰਲ ਨੇ ਉਹਨਾਂ ਦਾ ਨਾਮ ਹੈ ਲਿਮ ਜੋਕ ਹੋਈ ਲਿਮ ਜੋਕ ਹੋਈ ਇਹ ਕਰੰਟ ਟਾਈਮ ਤੇ ਐਸ ਦਾ ਸਕੱਤਰ ਜਨਰਲ ਨੇ ਇਸ ਆਰਗੇਨਾਈਜੇਸ਼ਨ ਦੇ ਜਿਸ ਨੂੰ ਬੋਲਦੇ ਨੇ ਏਸ਼ੀਅਨ ਔਰ ਇਹਨਾਂ ਦੀ ਜਿਹੜੀ ਕੰਟਰੀ ਹੈ ਉਹ ਹੈ ਬਰੂਨੀ ਯਾਨੀ ਬਰੂਨੀ ਦੇਸ਼ ਤੋਂ ਬਿਲੋਂਗ ਕਰਦੇ ਨੇ ਲਿੰਮਜੋਕ ਹੋਈ ਇਹ ਵੀ ਤੁਸੀਂ ਯਾਦ ਰੱਖੋ ਨੈਕਸਟ ਕੁਐਸਚਨ ਹੈ ਆਪਣਾ ਸੈਕੰਡ ਨੰਬਰ ਕੁਐਸਚਨ ਵਿਚ ਆਫ ਦਾ ਫੋਲੋਇੰਗ ਇਜ਼ ਦਾ ਲਾਰਜੈਸਟ ਆਈਲੈਂਡ ਆਫ ਇੰਡੀਆ ਯਾਨੀ ਇੰਡੀਆ ਦਾ ਸਭ ਤੋਂ ਵੱਡਾ ਆਈਲੈਂਡ ਹੈ ਉਸ ਦਾ ਨਾਮ ਕੀ ਹੈ ਤੁਹਾਡੇ ਆਪਸ਼ਨ ਨੇ ਅਨਾਮੰਡਾ ਆਈਲੈਂਡ ਮਜ਼ੂਲੀ ਆਈਲੈਂਡ ਮਿਨੀਕੋਏ ਆਈਲੈਂਡ ਜਾਂ ਫਿਰ ਦਿਓ ਆਈਲੈਂਡ ਇਹ ਹੈ ਮਾਜ਼ੂਲੀ ਆਈਲੈਂਡ ਇਸ ਲਈ ਆਪਣਾ ਜੋ ਆਈਟੈਂਸਾਈਜ਼ ਕੁਸ਼ਚਨ ਦਾ ਉਹ ਹੈ ਬੀ ਆਪਸ਼ਨ ਮਾਜ਼ੂਲੀ ਆਈਲੈਂਡ ਹੈ ਜਿਹੜਾ ਇਹ ਅਸਾਮ ਦੇ ਵਿੱਚ ਲੋਕੇਟਡ ਹੈ ਇਹ ਇੰਡੀਆ ਦਾ ਸਭ ਤੋਂ ਵੱਡਾ ਆਈਲੈਂਡ ਹੈ ਇਸ ਲਈ ਆਪਣਾ ਜੋ ਆਈਟੈਂਸਾਈਜ਼ ਕੁਸ਼ਚਨ ਦਾ ਉਹ ਹੈ ਬੀ ਆਪਸ਼ਨ ਮਾਜ਼ੂਲੀ ਆਈਲੈਂਡ ਇਸ ਤੋਂ ਇਲਾਵਾ ਤੁਸੀਂ ਇਹ ਵੀ ਯਾਦ ਰੱਖੋ ਜਿਹੜਾ ਅਨਾਮੰਡਾ ਆਈਲੈਂਡ ਹੈ ਇਹ ਇੰਡੀਆ ਦਾ ਸਭ ਤੋਂ ਛੋਟਾ ਆਈਲੈਂਡ ਹੈ ਸਮਾਲੈਸਟ ਆਈਲੈਂਡ ਇੰਡੀਆ ਦਾ ਕਿਹੜਾ ਹੈ ਅਨਾਮੰਡਾ ਆਈਲੈਂਡ ਕੀ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਇਹ ਦੱਸ ਸਕਦੇ ਹੋ ਜਿਹੜਾ ਅਨਾਮੰਡ ਆਈਲੈਂਡ ਹੈ ਇਹ ਕਿੱਥੇ ਲੋਕੇਟਡ ਹੈ ਯਾਨੀ ਕਿਸ ਪਲੇਸ ਦੇ ਉੱਪਰ ਲੋਕੇਟਡ ਹੈ ਅਨਾਮੰਡਾ ਆਈਲੈਂਡ ਆਨਸਰ ਕਮੈਂਟ ਬਾਕਸ ਦੇ ਵਿੱਚ ਨੈਕਸਟ ਕੁਐਸਚਨ ਹੈ ਆਪਣਾ 3 ਨੰਬਰ ਕੁਐਸਚਨ 3 ਨੰਬਰ ਕੁਐਸਚਨ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਰੋਂਗਰ ਰਿਗਾਰਡਿੰਗ ਹੜੱਪਨ ਸਿਵਿਲੇਸ਼ਨ ਯਾਨੀ ਹੜੱਪਨ ਸਿਵਿਲੇਸ਼ਨ ਜੋ ਹੈ ਇਜ਼ ਦੇ ਰਿਲੇਟਡ ਆਪਾਂ ਨੂੰ ਚਾਰ ਸਟੇਟਮੈਂਟਸ ਗਿਵਨ ਨੇ ਇਹਨਾਂ ਨੇ ਪੁੱਛਿਆ ਕਿ ਕਿਹੜੀ ਗਲਤ ਹੈ ਕਿਹੜੀ ਰੋਂਗ ਸਟੇਟਮੈਂਟ ਹੈ ਸਭ ਤੋਂ ਪਹਿਲੀ ਸਟੇਟਮੈਂਟ ਹੈ the great bath founded in mohenjo-daro site yani mohenjo-daro site id is de vich found hoya si great bath bilkul sahi hai eh found hoya si mohenjo-daro site de vich bilkul sahi hai apni first statement sixth second hai apni six granaries in a row were found in harappan civilization yani harappan site jo hai is de vich six granaries ne riyan eh found hoyia si jis de upar eh apna food wagaira store karde si eh found hoyi si hadappa de vich eh vi e bilkul sahi statement hai ਉਸ ਤੋਂ ਬਾਅਦ ਆਪਣੀ ਹੈ 3rd ਸਟੇਟਮੈਂਟ ਆਲਮਗੀਰਪੁਰ ਹੈ ਜਿਹੜੀ ਇਹ ਇੱਕ ਮੇਜਰ ਸਾਈਟ ਹੈ ਇੰਡਸ ਵੈਲੀ ਸਿਵਿਲੇਸ਼ਨ ਦੀ ਜਿਸ ਨੂੰ ਡਿਸਕਵਰ ਕੀਤਾ ਸੀ ਵਾਈਡੀ ਸ਼ਰਮਾ ਨੇ 1974 ਦੇ ਵਿੱਚ ਇਹ ਵੀ ਬਿਲਕੁਲ ਸਹੀ ਹੈ ਇੰਡਸ ਵੈਲੀ ਸਿਵਿਲੇਸ਼ਨ ਦੀ ਇੱਕ ਮੇਜਰ ਸਾਈਟ ਹੈ ਜਿਸ ਦਾ ਨਾਮ ਹੈ ਆਲਮਗੀਰਪੁਰ ਇਹ ਡਿਸਕਵਰ ਕੀਤੀ ਸੀ ਵਾਈਡੀ ਸ਼ਰਮਾ ਨੇ 1974 ਦੇ ਵਿੱਚ ਇਹ ਵੀ ਬਿਲਕੁਲ ਸਹੀ ਸਟੇਟਮੈਂਟ ਹੈ ਨੈਕਸਟ ਹੈ ਆਪਣੀ ਲਾਸਟ 4th ਦ ਟਾਊਨਸ ਆਰ ਡਿਵਾਈਡਡ ਇਨਟੂ 3 ਪਾਰਟਸ ਅਪਰ ਪਾਰਟ ਔਰ ਸਿਟਾਡਲ ਮਿਡਲ ਪਾਰਟ ਐਂਡ ਲੋਅਰ ਪਾਰਟ ਯਾਨੀ ਜਿਹੜੇ ਟਾਊਨ ਸੀ ਇਸ ਦੇ ਵਿੱਚ ਡਿਵਾਈਡ ਹੋਏ ਹੋਏ ਸੀ ਤਿੰਨ 파ਰਟਸ ਦੇ ਵਿੱਚ ਅੱਪਰ 파ਰਟ ਔਰ ਸਿਟਾਡਲ ਬੋਲਦੇ ਸੀ ਜਿਸ ਨੂੰ ਮਿਡਲ 파ਰਟ ਜਾਂ ਫਿਰ ਔਰ ਲੋਅਰ 파ਰਟ ਇਹ ਤਿੰਨ 파ਰਟਸ ਸੀ ਬਟ ਇਸ ਦੇ ਵਿੱਚ ਦੋ 파ਰਟਸ ਦੇ ਵਿੱਚ ਨੇੜੇ ਇਹ ਡਿਵਾਈਡ ਹੋਏ ਸੀ ਇਹ 파ਰਟਸ ਇਸ ਲਈ ਜਿਹੜੀ ਆਪਣਾ ਰਾਈਟ ਆਨਸਰ ਬਣੇਗਾ ਇਸ ਕੁਐਸਚਨ ਦਾ ਉਹ ਬਣੇਗਾ ਡੀ ਆਪਸ਼ਨ ਤੇ ਜਿਹੜੀ ਡੀ ਆਪਸ਼ਨ ਦੇ ਵਿੱਚ ਆਪਾਂ ਨੂੰ ਸਟੇਟਮੈਂਟ 기ਵਨ ਹੈ ਇਹ ਬਿਲਕੁਲ ਗਲਤ ਹੈ ਇਹਨਾਂ ਨੇ ਕਿਹਾ ਆਪਾਂ ਨੂੰ ਤਿੰਨ 파ਰਸੇ ਵਿੱਚ ਡਿਵਾਈਡ ਸੀ ਬਟ ਇਸ ਦੇ ਵਿੱਚ ਦੋ 파ਰਸੇ ਡਿਵਾਈਡ ਸੀ ਜਿਹੜੇ ਇਹ ਟਾਉਨ ਸੀ ਇਸ ਲਈ ਆਈਟਮਸ ਹੈ ਆਪਣਾ ਇਸ ਕੁਐਸਚਨ ਦਾ ਡੀ ਆਪਸ਼ਨ ਆਈ ਹੋਪ ਤੁਹਾਨੂੰ ਇਹ ਕੁਐਸਚਨ ਵੀ ਹੈਡਾ ਸਹੀ ਅਟੈਂਪਟ ਕੀਤਾ ਹੋਵੇਗਾ ਨੈਕਸਟ ਕੁਐਸਚਨ ਹੈ ਆਪਣਾ 4th ਨੰਬਰ ਕੁਐਸਚਨ which of the following was the founder of Gupta Empire Gupta Empire ਹੈਡਾ ਇਸ ਨੂੰ ਗੋਲਡਨ 에ਜ ਪੀਰੀਅਡ ਵੀ ਕਹਿੰਦੇ ਨੇ ਇਸ ਨੂੰ ਫਾਊਂਡ ਕਿਸ ਨੇ ਕੀਤਾ ਸੀ ਤੁਹਾਡੇ ਆਪਸ਼ਨ ਹੈ ਚੰਦਰਗੁਪਤਾ 1 ਸ਼੍ਰੀ ਗੁਪਤਾ समुद्रगुप्त और चंद्रगुप्त 2 ਜਿਹੜਾ ਗੁਪਤਾ एंपਾਇਰ ਹੈ ਇਸ ਨੂੰ ਫਾਊਂਡ ਕੀਤਾ ਸੀ ਸ਼੍ਰੀ ਗੁਪਤਾ ਨੇ ਇਸ ਲਈ ਰਾਈਟ ਆਨਸਰ ਹੈ ਆਪਣਾ ਇਸ ਕੁਐਸਚਨ ਦਾ ਬੀ ਆਪਸ਼ਨ ਸ਼੍ਰੀ ਗੁਪਤਾ ਦੇ ਦੁਆਰਾ ਫਾਊਂਡ ਕੀਤਾ ਗਿਆ ਸੀ ਗੁਪਤਾ एंपਾਇਰ ਨੂੰ ਇਸ ਨੂੰ ਗੋਲਡਨ 에ਜ ਪੀਰੀਅਡ ਵੀ ਕਹਿੰਦੇ ਨੇ ਇੰਡੀਆ ਦੇ ਵਿੱਚ ਇਸ ਲਈ ਰਾਈਟ ਆਨਸਰ ਹੈ ਆਪਣਾ ਇਸ ਕੁਐਸਚਨ ਦਾ ਬੀ ਆਪਸ਼ਨ ਸ਼੍ਰੀ ਗੁਪਤਾ ਨੈਕਸਟ ਕੁਐਸਚਨ ਹੈ ਆਪਣਾ 5th ਨੰਬਰ ਕੁਐਸਚਨ which of the following person gave the title to samudragupta then a pollin of india ਯਾਨੀ ਕਿਸ ਪਰਸਨ ਦੇ ਦੁਆਰਾ ਇੱਕ ਟਾਈਟਲ ਦਿੱਤਾ ਗਿਆ ਸੀ ਸਮੁੰਦਰ ਗੁਪਤਾ ਨੂੰ ਦਾ ਨੈਪੋਲੀਅਨ ਆਫ ਇੰਡੀਆ ਕਾਫੀ ਵਾਰੀ ਆਪਾਂ ਨੂੰ ਐਗਜ਼ਾਮ ਦੇ ਵਿੱਚ ਪੁੱਛਦੇ ਨੇ ਕਿਸ ਪਰਸਨ ਨੂੰ ਕਿਹਾ ਜਾਂਦਾ ਹੈ ਐਸ ਦਾ ਨੈਪੋਲੀਅਨ ਆਫ ਇੰਡੀਆ ਉਸ ਦਾ ਅਨਸਰ ਹੋਏਗਾ ਸਮੁੰਦਰ ਗੁਪਤਾ ਇਸ ਦੇ ਵਿੱਚ ਕੁਐਸਚਨ ਅਲੱਗ ਹੈ ਇਸ ਦੇ ਵਿੱਚ ਆਪਾਂ ਨੂੰ ਪੁੱਛਿਆ ਹੈ ਜਿਹੜਾ ਹੈ ਨੈਪੋਲੀਅਨ ਆਫ ਇੰਡੀਆ ਦਾ ਟਾਈਟਲ ਦਿੱਤਾ ਜਾਂਦਾ ਹੈ ਸਮੁੰਦਰ ਗੁਪਤਾ ਨੂੰ ਇਹ ਕਿਸ ਦੇ ਤੌਰ 'ਤੇ ਦਿੱਤਾ ਗਿਆ ਸੀ ਤੁਹਾਡੇ ਆਪਸ਼ਨ ਹੈ ਵੀ ਐ ਸਮੇਤ ਸੰਗਤ ਸਿਕੰਦਰ ਗੁਪਤਾ ਹਰਸ਼ਵਰਧਨ ਜਾਂ ਫਿਰ ਗਟੋਤ ਕਚਾ ਜਿਹੜਾ ਇਹ ਟਾਈਟਲ ਹੈ ਸਮੁੰਦਰ ਗੁਪਤਾ ਨੂੰ ਨੇਪੋਲੀਨ ਆਫ ਇੰਡੀਆ ਦਾ ਇਹ ਦਿੱਤਾ ਸੀ ਵੀ ਐਸ ਸਮਿਥ ਨੇ ਇਸ ਲਈ ਆਪਣਾ ਜੋ ਰਾਈਟ ਅਨਸਰ ਕੁਸ਼ਚਨ ਦਾ ਉਹ ਹੈ ਏ ਆਪਸ਼ਨ ਵੀ ਐਸ ਸਮਿਥ ਦੇ ਦੁਆਰਾ ਇੱਕ ਟਾਈਟਲ ਦਿੱਤਾ ਗਿਆ ਸੀ ਸਮੁੰਦਰ ਗੁਪਤਾ ਨੂੰ ਦ ਨੇਪੋਲੀਨ ਆਫ ਇੰਡੀਆ ਦਾ ਇਸ ਲਈ ਆਪਣਾ ਜੋ ਰਾਈਟ ਅਨਸਰ ਕੁਸ਼ਚਨ ਦਾ ਉਹ ਹੈ ਏ ਆਪਸ਼ਨ ਆਈ ਹੋਪ ਤੁਹਾਨੂੰ ਇਹ ਵੀ ਕੁਸ਼ਚਨ ਹੈਗਾ ਸਹੀ ਅਟੈਂਪਟ ਕੀਤਾ ਹੋਵੇਗਾ ਨੈਕਸਟ ਕੁਸ਼ਚਨ ਹੈ ਆਪਣਾ 6 ਨੰਬਰ ਕੁਸ਼ਚਨ ਦਾ ਦ ਸਟਡੀ ਰਿਲੇਟਡ ਟੂ ਦਾ ਪਲੈਂਟਸ ਆਫ ਬੀਇੰਗ ਯੂਜ਼ਡ ਐਜ਼ ਅ ਵੈਜੀਟੇਬਲ ਇਜ਼ ਕਾਲਡ ਯਾਨੀ ਸਟਡੀ ਇੱਕ ਅਜਿਹੇ ਪਲੈਂਟ ਸੀ ਪੌਦਿਆਂ ਦੀ ਜਿਸ ਦੇ ਵਿੱਚ ਯੂਜ਼ ਕੀਤਾ ਜਾਂਦੇ ਨੇ ਐਜ਼ ਅ ਵੈਜੀਟੇਬਲ ਆ ਯਾਨੀ ਜਿਸ ਪੌਦਿਆਂ ਨੂੰ ਯੂਜ਼ ਕੀਤਾ ਜਾਂਦਾ ਐਜ਼ ਅ ਵੈਜੀਟੇਬਲ ਸਬਜ਼ੀਆਂ ਦੇ ਤੌਰ ਤੇ ਇਸ ਦੀ ਸਟਡੀ ਨੂੰ ਕੀ ਕਹਿੰਦੇ ਨੇ ਤੁਹਾਡੇ ਆਪਸ਼ਨ ਨੇ 올ੈਰੀ ਕਲਚਰ ਫਲੋਰੀ ਕਲਚਰ ਪੋਮੋਲੋਜੀ ਜਾਂ ਫਿਰ ਹਾਰਟੀ ਕਲਚਰ ਇਸ ਸਟਡੀ ਨੂੰ ਬੋਲਿਆ ਜਾਂਦਾ ਹੈ 올ੈਰੀ ਕਲਚਰ ਇਸ ਲਈ ਆਪਣਾ ਜੋ ਰਾਈਟ ਆਂਸਰ ਇਸ ਕੁਸ਼ਣ ਦਾ ਉਹ ਹੈ ਏ ਆਪਸ਼ਨ 올ੈਰੀ ਕਲਚਰ ਬੋਲਿਆ ਜਾਂਦਾ ਜਿਸ ਦੇ ਵਿੱਚ ਸਟਡੀ ਕੀਤੀ ਜਾਂਦੀ ਹੈ ਉਸ ਪਲਾਂਟ ਦੀ ਜਿਸ ਨੂੰ ਆਪਾਂ ਯੂਜ਼ ਕਰਦੇ ਆ ਐਜ਼ ਅ ਵੈਜੀਟੇਬਲ ਇਸ ਲਈ ਆਪਣਾ ਜੋ ਰਾਈਟ ਆਂਸਰ ਇਸ ਕੁਸ਼ਣ ਦਾ ਉਹ ਹੈ ਏ ਆਪਸ਼ਨ 올ੈਰੀ ਕਲਚਰ ਨੈਕਸਟ ਕੁਐਸਚਨ ਹੈ ਆਪਣਾ 7ਥ ਰੰਪ ਕੁਐਸਚਨ ਹੂ ਹੈਜ਼ ਰਿਟਨ ਦਾ ਬਾਇਓਗ੍ਰਾਫੀ ਆਫ ਅਕਬਰ ਇਨ ਏ ਅਕਬਰੀ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਹੀ ਪਤਾ ਹੋਣਾ ਚਾਹੀਦਾ ਹੈ ਜਿਹੜਾ ਅਕਬਰ ਹੈ ਇਸ ਦੀ ਬਾਇਓਗ੍ਰਾਫੀ ਦਾ ਨਾਮ ਹੈ ਇਨ ਏ ਅਕਬਰੀ ਇਸ ਨੂੰ ਲਿਖਿਆ ਕਿਸ ਨੇ ਸੀ ਤੁਹਾਡੇ ਆਪਸ਼ਨ ਨੇ ਸਲੀਮ ਚਿਸਤੀ ਅਬੂਲ ਫਜ਼ਲ ਤੋਡਰਮੱਲ ਯਾ ਫਿਰ ਜਹਾਂਗੀਰ ਜਿਹੜੀ ਬਾਇਓਗ੍ਰਾਫੀ ਸੀ ਇਨ ਏ ਅਕਬਰੀ ਇਸ ਨੂੰ ਲਿਖਿਆ ਸੀ ਅਬੂਲ ਫਜ਼ਲ ਨੇ ਇਸ ਲਈ ਆਪਣਾ ਜੋ ਆਨਸਰ ਇਸ ਕੁਐਸਚਨ ਦਾ ਉਹ ਹੈ ਬੀ ਆਪਸ਼ਨ ਅਬੂਲ ਫਜ਼ਲ ਦੇ ਦੁਆਰਾ ਅਕਬਰ ਦੀ ਬਾਇਓਗ੍ਰਾਫੀ ਲਿਖੀ ਗਈ ਸੀ ਜਿਸ ਦਾ ਨਾਮ ਰੱਖਿਆ ਗਿਆ ਸੀ ਇਨ ਏ ਅਕਬਰੀ ਇਸ ਲਈ ਆਪਣਾ ਜੋ ਆਟਾਸ ਕੁਸ਼ਨ ਦਾ ਉਹ ਹੈ ਬੀ ਆਪਸ਼ਨ ਅਬੁਲ ਫਜ਼ਲ ਨੈਕਸਟ ਕੁਸ਼ਨ ਹੈ ਆਪਣਾ 8th ਨੰਬਰ ਕੁਸ਼ਨ ਕੈਪਟਨ ਹਾਕਿੰਸ ਐਂਡ ਥਾਮਸ ਰੂ ਟੂ ਬ੍ਰਿਟਿਸ਼ਸ ਕੇਮ ਇਨ ਮੋਗਲ ਐਮਪਰਰਸ ਰੂਲ ਯਾਨੀ ਕਿਸ ਮੋਗਲ ਐਮਪਰਰ ਦੇ ਟਾਈਮ ਦੇ ਉੱਪਰ ਪੀਰੀਅਡ ਦੇ ਵਿੱਚ ਆਏ ਸੀ ਹਾਕਿੰਸ ਔਰ ਥਾਮਸ ਰੂ ਇਹ ਦੋ ਬ੍ਰਿਟਿਸ਼ਸ ਸੀ ਇਹ ਕਿਸ ਦੇ ਟਾਈਮ ਪੀਰੀਅਡ ਦੇ ਵਿੱਚ ਆਏ ਸੀ ਤੁਹਾਡੇ ਆਪਸ਼ਨ ਹੈ ਅਕਬਰ ਜਹਾਂਗੀਰ ਬਾਬਰ ਔਰ ਸ਼ਾਹਜਹਾਂ ਜਿਹੜੇ ਇਹ ਕੈਪਟਨ ਹੌਕਿੰਸ ਔਰ ਥਾਮਸ ਰੂ ਨੇ ਦੋ ਬ੍ਰਿਟਿਸ਼ਰਸ ਇਹ ਆਈਸੀ ਜਹਾਂਗੀਰ ਦੇ ਕੋਰਟ ਦੇ ਵਿੱਚ ਯਾਨੀ ਜਹਾਂਗੀਰ ਦੇ ਟਾਈਮ ਦੇ ਵਿੱਚ ਆਏ ਸੀ ਕੈਪਟਨ ਹੌਕਿੰਸ ਔਰ ਥਾਮਸ ਰੂ ਕਿਸੇ ਆਈਟਮ ਹੈ ਆਪਣਾ ਸਕਸ਼ਨ ਬੀ ਆਪਸ਼ਨ ਜਹਾਂਗੀਰ ਨੈਕਸਟ ਕੁਸਚਨ ਹੈ ਆਪਣਾ 9ਥਾ ਨੰਬਰ ਕੁਸਚਨ ਕਿਹੜੀ সাবਮਰੀਨ ਕਲਾਸ ਸਬਮਰੀਨ ਹੈ ਜਿਸ ਨੂੰ ਇੰਡੀਆ ਨੇ ਖੁਦ ਹੀ ਡਿਵੈਲਪ ਕੀਤਾ ਸੀ ਇੰਡੀਆ ਦੀ ਸਭ ਤੋਂ ਪਹਿਲਾਂ ਇਹ ਕੀਤੀ ਗਈ ਸੀ ਇੰਡੀਅਨ ਨੇਵੀ ਨੂੰ ਕਮਿਸ਼ਨ ਇਹ ਇੰਡੀਆ ਦੀ ਫਰਸਟ ਇੰਡੀਜਿਨਿਅਸਲੀ ਬਿਲਟ स्कॉर्पीन क्लास सबमरीन थी जिसको इंडियन नेवी ने सौंपया गया थी ਤੁਹਾਡੇ অপশন ਹੈ ਆਈਐਨਐਸ ਕਵੇਰੀ ਆਈਐਨਐਸ ਕਦੰਬਰੀ ਕਲਵਾਰੀ ਔਰ ਕੋਲਾਵਰੀ ਜਿਹੜੀ ਆਈਐਨਐਸ ਸੀਓਸੀ ਉਸਦਾ ਨਾਮ ਸੀ ਆਈਐਨਐਸ ਕਲਵਾਰੀ ਯਾਨੀ ਇੰਡੀਆ ਦੀ ਸਭ ਤੋਂ ਪਹਿਲੀ ਇੰਡੀਜਿਨਸ ਬਿਲਟ ਕਲਾਸ ਸਕੋਰਪੀਨ ਕਲਾਸ সাবਮਰੀਨ ਸੀ ਉਸਦਾ ਨਾਮ ਸੀ ਆਈਐਨਐਸ ਕਲਵਾਰੀ ਇਸ ਲਈ ਰਾਈਟ ਆਨਸਰ ਹੈ ਆਪਣਾ ਕੁਐਸਚਨ ਦਾ ਸੀ অপਸ਼ਨ ਆਈਐਨਐਸ ਕਲਵਾਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਪੰਜਾਬ ਦੇ ਵੈਰੀਅਸ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਇਹਦਾ ਰਿਪੀਟ ਹੋ ਚੁੱਕਿਆ ਹੈ ਸੋ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਹੈ ਆਪਣਾ 10th ਨੰਬਰ ਕੁਐਸਚਨ ਦਾ ਕਨਸਟੀਟਿਊਸ਼ਨ ਆਫ ਇੰਡੀਆ ਇੰਪਾਵਰਸ ਦਾ ਸੁਪਰੀਮ ਕੋਰਟ ਆਫ ਇੰਡੀਆ ਟੂ ਐਡਜੂਡੀਕੇਟ ਡਿਸਪਿਊਟਸ ਬੀਟਵੀਨ ਦਾ ਸੈਂਟਰ ਐਂਡ ਸਟੇਟਸ ਥਰੋ ਯਾਨੀ ਕਨਸਟੀਟਿਊਸ਼ਨ ਆਫ ਇੰਡੀਆ ਜੋ ਹੈ ਇਹ ਇੰਪਾਵਰ ਕਰਦਾ ਹੈ ਸੁਪਰੀਮ ਕੋਰਟ ਆਫ ਇੰਡੀਆ ਨੂੰ ਕਿ ਅਗਰ ਜੇਕਰ ਸੈਂਟਰ ਦੇ ਸਟੇਟ ਦੇ ਵਿੱਚ ਕੋਈ ਡਿਸਪਿਊਟ ਹੈ ਉਸ ਨੂੰ ਉਹ ਐਡਜੂਡੀਕੇਟ ਕਰ ਸਕਦੇ ਨੇ ਕਿਸ ਜੂਰੀ ਡਿਸਟ੍ਰਿਕਟ ਕਿਸ ਅ ਜੂਰਿਸਡਿਕਸ਼ਨ ਦੇ ਤਹਿਤ ਇਹ ਜਿਹੜਾ ਸੈਂਟਰ ਦੇ ਸਟੇਟ ਦੇ ਵਿੱਚ ਕੋਈ ਮੁਕੱਦਮਾ ਡਿਸਪਿਊਟ ਹੈ ਇਸ ਨੂੰ ਰਿਜ਼ੋਲਵ ਕੀਤਾ ਜਾ ਸਕਦਾ ਹੈ ਇਸ ਨੂੰ ਸੋਲਵ ਕੀਤਾ ਜਾ ਸਕਦਾ ਹੈ ਇਹ ਕਨਸਟੀਟਿਊਸ਼ਨ ਦੇ ਦੁਆਰਾ ਪਾਵਰ ਦਿੱਤੀ ਗਈ ਹੈ ਸੁਪਰੀਮ ਕੋਰਟ ਆਫ ਇੰਡੀਆ ਨੂੰ ਇਹ ਕਿਹੜਾ ਜੂਰਿਸਡਿਕਸ਼ਨ ਹੈ ਤੁਹਾਡੇ অপਸ਼ਨ ਇਹ ਰਿਟ ਜੂਰਿਸਡਿਕਸ਼ਨ ਔਰਿਜਨਲ ਜੂਰਿਸਡਿਕਸ਼ਨ ਐਡਵਾਈਜ਼ਰੀ ਜੂਰਿਸਡਿਕਸ਼ਨ ਜਾਂ ਫਿਰ ਐਪੀਲੇਟ ਜੂਰਿਸਡਿਕਸ਼ਨ ਇਹ ਹੈ ਔਰਿਜਨਲ ਜੂਰਿਸਡਿਕਸ਼ਨ ਯਾਨੀ ਜਿਹੜੀ ਔਰਿਜਨਲ ਜੂਰਿਸਡਿਕਸ਼ਨ ਹੈ ਇਸ ਦੇ ਤਹਿਤ ਜੋ ਸੈਂਟਰ অর ਸਟੇਟ ਦੇ ਵਿੱਚ ਜਿਹੜਾ ਡਿਸਪਿਊਟ ਹੁੰਦਾ ਹੈ ਇਸ ਨੂੰ ਐਡਜੂਡੀਕੇਟ ਕੀਤਾ ਜਾ ਸਕਦਾ ਹੈ ਇਸ ਨੂੰ ਰੀਸੋਲਵ ਕੀਤਾ ਜਾ ਸਕਦਾ ਹੈ ਇਸੇ ਆਈਟਮਸ ਆਪਨਾ ਇਸ ਕੁਸ਼ਨ ਦਾ ਬੀ ਆਪਸ਼ਨ ओरिजिनल ਜੂਰੀ ਜਕਸ਼ਨ ਅ ਵੈਰੀ ਇੰਪੋਰਟੈਂਟ ਕੁਸ਼ਨ ਨੈਕਸਟ ਕੁਸ਼ਨ ਹੈ ਆਪਣਾ 11 ਨੰਬਰ ਕੁਸ਼ਨ ਇਫ ਅ ਪੰਚਾਇਤ ਇਜ਼ ਡਿਸਾਲਵਡ ਇਲੈਕਸ਼ਨਸ ਆਰ ਟੂ ਬੀ ਹੈਲਡ ਵਿਦੀਨ ਅ ਪੀਰੀਅਡ ਆਫ ਯਾਨੀ ਅਗਰ ਪੰਚਾਇਤੀ ਇਲੈਕਸ਼ਨਸ ਨੇੜੀਆਂ ਹੈ ਡਿਸਾਲਵ ਹੋ ਜਾਣਾ ਤਾਂ ਕਿੰਨੇ ਸਮੇਂ ਦੇ ਵਿੱਚ ਵਿੱਚ ਕਿੰਨੇ ਸਮੇਂ ਦੇ ਪੀਰੀਅਡ ਦੇ ਵਿੱਚ ਵਿੱਚ ਜਿਹੜੇ ਇਲੈਕਸ਼ਨਸ ਨੇ ਉਹ ਫਿਰ ਤੋਂ ਹੋਣੇ ਚਾਹੀਦੇ ਨੇ ਕਹਾੜੀ ਆਪਸ਼ਨ ਨੇ 2 ਮਹੀਨੇ 3 ਮਹੀਨੇ 4 ਮਹੀਨੇ ਜਾਂ ਫਿਰ 6 ਮਹੀਨੇ ਇਹ ਹੋਣੀਆਂ ਚਾਹੀਦੀਆਂ ਨੇ 6 ਮਹੀਨਿਆਂ ਦੇ ਅੰਦਰ ਅੰਦਰ ਇਸ ਲਈ ਰਾਈਟ ਆਨਸਰ ਹੈ ਆਪਣਾ ਇਸ ਕੁਐਸਚਨ ਦਾ ਡੀ ਆਪਸ਼ਨ ਅਗਰ ਪੰਚਾਇਤ ਦੀ ਇਲੈਕਸ਼ਨਸ ਦਾ ਡਿਸਾਲਵ ਹੋ ਜਾਣਾ ਤਾਂ ਵਿਦਿਨ ਦਾ 6 ਮਨਸ ਪੀਰੀਅਡ ਇਲੈਕਸ਼ਨਸ ਵਿਲ ਬੀ ਅਗੇਨ ਹੈਲਡ ਇਸੇ ਰਾਈਟ ਆਨਸਰ ਹੈ ਆਪਣਾ ਇਸ ਕੁਐਸਚਨ ਦਾ ਡੀ ਆਪਸ਼ਨ 6 ਮਹੀਨਿਆਂ ਦੇ ਅੰਦਰ ਅੰਦਰ ਫੇਰ ਤੋਂ ਦੁਬਾਰਾ ਹੋਣੀਆਂ ਚਾਹੀਦੀਆਂ ਨੇ ਇਲੈਕਸ਼ਨਸ ਨੈਕਸਟ ਕੁਐਸਚਨ ਹੈ ਆਪਣਾ 12 ਨੰਬਰ ਕੁਐਸਚਨ ਨਬਾਰਡ ਬੈਂਕ ਹੈ ਜਿਹੜਾ ਇਹ ਇੱਕ ਐਗਰੀਕਲਚਰ ਬੈਂਕ ਹੈ ਇਸ ਨੂੰ ਐਸਟੈਬਲਿਸ਼ ਕੀਤਾ ਗਿਆ ਸੀ ਕਦੋਂ ਕੀਤਾ ਗਿਆ ਸੀ ਤੁਹਾਡੇ অপਸ਼ਨ ਏ 12 ਜੁਲਾਈ 1982 12 ਜੁਲਾਈ 1983 12 ਜੁਲਾਈ 1985 12 ਜੁਲਾਈ 1987 ਜਿਹੜਾ ਨਵਾਰ ਬੈਂਕ ਹੈ ਇਹ ਇੱਕ ਐਗਰੀਕਲਚਰ ਬੈਂਕ ਹੈ ਇਸ ਨੂੰ ਫਾਊਂਡ ਕੀਤਾ ਗਿਆ ਸੀ 12 ਜੁਲਾਈ 1982 ਨੂੰ ਇਸੇ ਆਪਣਾ ਜੋ ਆਈਟਮਸ ਹੈ ਇਸ ਕੁਸ਼ਣ ਦਾ ਉਹ ਹੈ ਏ অপਸ਼ਨ 12 ਜੁਲਾਈ 1982 ਇਸ ਤੋਂ ਇਲਾਵਾ ਤੁਸੀਂ ਇਹ ਵੀ ਯਾਦ ਰੱਖਣਾ ਹੈ ਇਸ ਦੇ ਚੇਅਰਮੈਨ ਬਣੇ ਨੇ ਰੀਸੈਂਟਲੀ ਗੋਵਿੰਦਾ ਚਿੰਤਾਲਾ ਰਾਜੂਲੂ गोविंदा चिन्ताल्ला राजुलु नेड़े इनानु रीसेंटली अपॉइंट ਕੀਤਾ ਗਿਆ ਹੈ ਐਸ ਦਾ ਚੇਅਰਮੈਨ ਆਫ ਨਬਾਰ ਬੈਂਕ ਇਹ ਵੀ ਯਾਦ ਰੱਖਣਾ ਹੈ ਇਨਾਦੇ ਦੁਆਰਾ ਰਿਪਲੇਸ ਕਿਸ ਨੂੰ ਕੀਤਾ ਗਿਆ ਹੈ ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸਣਾ ਹੈ गोविंदा चिन्ताल्ला राजुलु ਦੇ ਦੁਆਰਾ ਕਿਸ ਪਰਸਨ ਨੂੰ ਐਸ ਦਾ ਚੇਅਰਮੈਨ ਰਿਪਲੇਸ ਕੀਤਾ ਗਿਆ ਹੈ ਨਬਾਰ ਬੈਂਕ ਦੇ ਇਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸੋ ਨੈਕਸਟ ਕੁਐਸਚਨ ਹੈ ਆਪਣਾ 13 ਨੰਬਰ ਕੁਐਸਚਨ ਜਲਾਲੁਦੀਨ ਮੁਹੰਮਦ ਇੱਕ ਰੀਅਲ ਨੇਮ ਹੈ ਕਿਸ ਮੁਗਲ ਐਂਪੀਰਰ ਦਾ ਹੈ ਯਾਨੀ ਜਲਾਲੁਦੀਨ ਮੁਹੰਮਦ ਐਰਾ ਇਹ ਰੀਅਲ ਨੇਮ ਹੈ ਕਿਸ ਮੁਗਲ ਐਂਪੀਰਰ ਦਾ ਰੀਅਲ ਨੇਮ ਹੈ ਜਲਾਲੁਦੀਨ ਮੁਹੰਮਦ ਤੁਹਾਡੇ ਆਪਸ਼ਨ ਨੇ ਬਾਬਰ ਅਕਬਰ ਹਮਾਇੂ ਜਾਂ ਫਿਰ ਜਹਾਂਗੀਰ ਇਹ ਨਾਮ ਹੈ ਐਸ ਦਾ ਰੀਅਲ ਨੇਮ ਆਫ ਅਕਬਰ ਇਸ ਲਈ ਰਾਈਟ ਆਨਸਰ ਹੈ ਆਪਣਾ ਇਸ ਕੁਐਸਚਨ ਦਾ ਬੀ ਆਪਸ਼ਨ ਅਕਬਰ ਆਪਨੂੰ ਪੁੱਛਿਆ ਜਾਂਦਾ ਹੈ ਕਿਹੜਾ ਮੁਗਲ ਐਮਪੀਰਰ ਦਾ ਹੈ ਜਿਹੜਾ ਇਲਿਟਰੇਟ ਹੈ ਯਾਨੀ ਕਿਹੜਾ ਮੁਗਲ ਐਮਪੀਰਰ ਹੈ ਉਹ ਅਨਪੜਾ ਹੈ ਉਹ ਵੀ ਹੈ ਅਕਬਰ ਇਸ ਆਨਸਰ ਵੀ ਤੁਸੀਂ ਯਾਦ ਰੱਖਣਾ ਹੈ ਇਹ ਕੁਸ਼ ਮੇੜਾ ਪੀਪੀਐਸਸੀ ਦੇ ਇਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ ਨੈਕਸਟ ਕੁਸ਼ਚਨ ਹੈ ਆਪਣਾ 14 ਨੰਬਰ ਕੁਸ਼ਚਨ ਹੂ ਵਾਸ ਦਾ ਫਾਊਂਡਰ ਆਫ ਬਹੁਜਨ ਸਮਾਜ ਪਾਰਟੀ ਯਾਨੀ ਬਹੁਜਨ ਸਮਾਜ ਪਾਰਟੀ ਹੈ ਜਿਹੜੀ ਇਸ ਜਿਹੜੇ ਫਾਊਂਡਰ ਨੇ ਕੌਣ ਨੇ ਤੁਹਾਡੇ ਆਪਸ਼ਨ ਨੇ ਦੇਵੀ ਲਾਲ ਮਨਸ਼ੀ ਰਾਮ ਕੰਸ਼ੀ ਰਾਮ ਜਾਂ ਫਿਰ ਲਕਸ਼ਮਨ ਸਿੰਘ ਜਿਹੜੀ ਪਾਰਟੀ ਜਿਸ ਦਾ ਨਾਮ ਹੈ ਬਹੁਜਨ ਸਮਾਜ ਪਾਰਟੀ ਇਸ ਦੇ ਫਾਊਂਡਰ ਨੇ ਕੰਸ਼ੀ ਰਾਮ ਇਸ ਲਈ ਆਟਮਸ ਆਪਣਾ ਕੁਸ਼ਸ਼ਨ ਸੀ ਆਪਸ਼ਨ ਕੰਸ਼ੀ ਰਾਮ ਦੇ ਦੁਆਰਾ ਫਾਊਂਡ ਕੀਤੀ ਗਈ ਸੀ ਬਹੁਜਨ ਸਮਾਜ ਪਾਰਟੀ ਇਸ ਲਈ ਆਟਮਸ ਆਪਣਾ ਕੁਸ਼ਸ਼ਨ ਦਾ ਸੀ ਆਪਸ਼ਨ ਕੰਸ਼ੀ ਰਾਮ ਆਈ ਹੋਪ ਤੋਨੇ ਇਹ ਕੁਸ਼ਸ਼ਨ ਵੇਰਾ ਸਹੀ ਅਟੈਂਪਟ ਕੀਤਾ ਹੋਵੇਗਾ ਨੈਕਸਟ ਕੁਸ਼ਸ਼ਨ ਹੈ ਆਪਣਾ 15 ਨੰਬਰ ਕੁਸ਼ਨਾ ਦਾ ਸਮਖਿਆ ਸਕੂਲ ਆਫ ਫਿਲਾਸਫੀ ਵਾਸ ਫਾਊਂਡਡ ਬਾਇ ਯਾਨੀ ਇੱਕ ਸਮਖਿਆ ਸਕੂਲ ਆਫ ਫਿਲਾਸਫੀ ਹੈ ਇਸ ਨੂੰ ਫਾਊਂਡ ਕਿਤਨੇ ਕਿਸ ਨੇ ਕੀਤਾ ਸੀ ਇਸ ਨੂੰ ਫਾਊਂਡ ਕਿਸ ਨੇ ਕੀਤਾ ਸੀ ਤੁਹਾਡੇ ਆਪਸ਼ਨ ਨੇ ਪਤੰਜਲੀ ਕਪਿਲਾ ਕੁਮਾਰੀਲਾ ਭੱਟਾ ਜਾਂ ਫਿਰ ਗੌਤਮਾ ਜਿਹੜਾ ਸਮਖਿਆ ਸਕੂਲ ਆਫ ਫਿਲਾਸਫੀ ਹੈ ਇਸ ਨੂੰ ਫਾਊਂਡ ਕੀਤਾ ਸੀ ਕਪਿਲਾ ਨੇ ਇਸ ਹੀ ਰਾਈਟ ਆਂਸਰ ਹੈ ਆਪਣਾ ਇਸ ਕੁਸ਼ਚਨ ਦਾ ਬੀ ਆਪਸ਼ਨ ਕਪਿਲਾ ਦੇ ਦੌਰਾਨ ਫਾਊਂਡ ਕੀਤਾ ਗਿਆ ਸੀ ਸਮਖਿਆ ਸਕੂਲ ਆਫ ਫਿਲਾਸਫੀ ਨੂੰ ਇਸ ਲਈ ਆਪਣਾ ਜਿਹੜਾ ਰਾਈਟ ਆਂਸਰ ਇਸ ਕੁਸ਼ਚਨ ਦਾ ਉਹ ਹੈ ਬੀ ਆਪਸ਼ਨ ਕਪਿਲਾ ਨੈਕਸਟ ਕੁਸ਼ਚਨ ਹੈ ਆਪਣਾ 16 ਨੰਬਰ ਕੁਸ਼ਚਨ ਬਹਮਣੀ ਕਿੰਗਡਮ ਐਡਾ ਇਸ ਨੂੰ ਫਾਊਂਡ ਕੀਤਾ ਸੀ ਕਿਸ ਦੇ ਦੁਆਰਾ ਫਾਊਂਡ ਕੀਤਾ ਗਿਆ ਸੀ ਬਹਮਣੀ ਕਿੰਗਡਮ ਨੂੰ ਤੁਹਾਡੇ অপਸ਼ਨ ਹੈ ਹਰੀਹਾਰਾ ਵਨ ਬੁੱਕਾ ਵਨ ਹਸਨ ਗੰਗੂ ਜਾਂ ਫਿਰ ਦੇਵਰਾਇ ਜਿਹੜਾ ਬਹਮਣੀ ਕਿੰਗਡਮ ਹੈ ਇਸ ਨੂੰ ਫਾਊਂਡ ਕੀਤਾ ਸੀ ਸੀ অপਸ਼ਨ ਹਸਨ ਗੰਗੂ ਨੇ ਹਸਨ ਗੰਗੂ ਦੇ ਦੁਆਰਾ ਫਾਊਂਡ ਕੀਤਾ ਗਿਆ ਸੀ ਬਹਮਣੀ ਕਿੰਗਡਮ ਨੂੰ ਇਸੇ ਰਾਈਟ ਅੰਸਰ ਹੈ ਆਪਣਾ ਸੀ ਆਪਸ਼ਨ ਹਸਨ ਗੰਗੂ ਇਸ ਤੋਂ ਇਲਾਵਾ ਤੁਸੀਂ ਇਹ ਵੀ ਯਾਦ ਰੱਖਣਾ ਹੈ ਹਰੀਹਾਰਾ ਵਨ ਔਰ ਬੁੱਕਾ ਵਨ ਇਹਨਾਂ ਦੇ ਦੁਆਰਾ ਇੱਕ ਵਿਜੇਨਗਰ ਐਮਪਾਇਰ ਐਸਟੈਬਲਿਸ਼ ਕੀਤਾ ਗਿਆ ਸੀ ਵਿਜੇਨਗਰ Empire ਹੈ ਜਿਹੜਾ ਇਹ ਕਾਫੀ ਪੁਸ਼ਪੀ ਨੇ ਐਗਜ਼ਾਮ ਦੇ ਵਿੱਚ ਇਹ ਫਾਊਂਡ ਕੀਤਾ ਗਿਆ ਸੀ ਕਿਸ ਦੇ ਦੁਆਰਾ ਹਰੀਹਰਾ ਵਨ ਔਰ ਬੁੱਕਾ ਵਨ ਦੇ ਦੁਆਰਾ ਇਹ ਵੀ ਤੁਸੀਂ ਯਾਦ ਰੱਖੋ ਨੈਕਸਟ ਕੁਐਸਚਨ ਹੈ ਆਪਣਾ 17 ਨੰਬਰ ਕੁਐਸਚਨ ਵੇਅਰ ਇਨ ਇੰਡੀਆ ਇਜ਼ ਦਾ ਹੈਡਕ quarters ਆਫ ਨੈਸ਼ਨਲ ਅਕੈਡਮੀ ਆਫ ਸਾਇੰਸ ਲੋਕੇਟਡ ਆ ਯਾਨੀ ਕਿੱਥੇ ਲੋਕੇਟਡ ਹੈ ਹੈਡਕ quarters ਮੁਖਿਆਲਿਆ ਆਫ ਨੈਸ਼ਨਲ ਅਕੈਡਮੀ ਆਫ ਸਾਇੰਸਸ ਨੈਸ਼ਨਲ ਅਕੈਡਮੀ ਆਫ ਸਾਇੰਸ ਦਾ ਜਿਹੜਾ ਹੈਡਕ quarters ਕਿੱਥੇ ਲੋਕੇਟਡ ਹੈ ਤੁਹਾਡੇ ਆਪਸ਼ਨ ਨੇ ਹਾਈਦਰਾਬਾਦ ਬੈਂਗਲੁਰੂ ਨਿਊ ਦਿੱਲੀ ਜਾਂ ਫਿਰ ਅਲਾਹਾਬਾਦ ਇਲੋਕੇਟਡ ਹੈ ਅਲਾਹਾਬਾਦ ਦੇ ਵਿੱਚ ਇਸੇ ਰਾਈਟ ਆਨਸਰ ਹੈ ਆਪਣਾ ਇਸ ਕੁਐਸਚਨ ਦਾ ਡੀ ਆਪਸ਼ਨ ਅਲਾਹਾਬਾਦ ਦੇ ਵਿੱਚ ਲੋਕੇਟਡ ਹੈ ਜਿਹੜਾ ਨੈਸ਼ਨਲ ਅਕੈਡਮੀ ਆਫ ਸਾਇੰਸ ਦਾ ਹੈਡਕੁਆਟਰ ਹੈ ਇਸ ਲਈ ਆਪਣਾ ਰਾਈਟ ਆਨਸਰ ਇਸ ਕੁਐਸਚਨ ਦਾ ਡੀ ਆਪਸ਼ਨ ਅਲਾਹਾਬਾਦ ਆਈ ਹੋਪ ਤੁਹਾਨੂੰ ਇਹ ਕੁਐਸਚਨ ਵੀ ਇਹਦਾ ਸਹੀ ਐ ਅਟੈਂਪਟ ਕੀਤਾ ਹੋਵੇਗਾ ਨੈਕਸਟ ਕੁਐਸਚਨ ਹੈ ਆਪਣਾ 18 ਨੰਬਰ ਕੁਐਸਚਨ which of the following states is not included in the 6th ਸ਼ੈਡਿਊਲ ਆਫ ਦਾ ਇੰਡੀਅਨ ਕਨਸਟੀਟਿਊਸ਼ਨ ਯਾਨੀ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ 6ਵਾਂ ਸ਼ੈਡਿਊਲ ਹੈ 6th ਸ਼ੈਡਿਊਲ ਹੈ ਇਸ ਦੇ ਵਿੱਚ ਕਿਹੜੀ ਸਟੇਟ ਹੈ ਜਿਹੜੀ ਇਨਕਲੂਡ ਨਹੀਂ ਕੀਤੀ ਗਈ ਤੁਹਾਡੇ ਆਪਸ਼ਨ ਹੈ ਅਸਾਮ ਮੇਘਾਲਿਆ ਤ੍ਰਿਪੁਰਾ ਔਰ ਮਿਜ਼ੋਰਮ ਇਹ ਕਿਹੜੀ ਸਟੇਟ ਹੈ ਜਿਸ ਨੂੰ ਇਨਕਲੂਡ ਨਹੀਂ ਕੀਤਾ ਗਿਆ ਇਹ ਸਟੇਟ ਹੈ ਮਨੀਪੁਰ ਜਿਹੜੀ ਮਨੀਪੁਰ ਸਟੇਟ ਹੈ ਇਸ ਨੂੰ ਇਸ ਦੇ ਵਿੱਚ ਇਨਕਲੂਡ ਨਹੀਂ ਕੀਤਾ ਗਿਆ ਹੈ ਇਸ ਦੇ ਵਿੱਚ ਟੋਟਲ 4 ਸਟੇਟਸ ਇਨਕਲੂਡ ਨੇ 6th ਸ਼ੈਡਿਊਲ ਦੇ ਵਿੱਚ ਕਿਹੜੇ ਕਿਹੜੇ ਨੇ ਅਸਾਮ ਮੇਘਾਲਿਆ ਤ੍ਰਿਪੁਰਾ ਔਰ ਮਿਜ਼ੋਰਮ ਅਸਾਮ ਮੇਗਾਲਿਆ ਤ੍ਰਿਪੁਰਾ ਔਰ ਮਿਜ਼ੋਰਮ ਇਹ ਚਾਰ ਸਟੇਟਸ ਨੇੜੀਆਂ ਇਹ ਇਨਕਲੂਡ ਨੇ 6th ਸ਼ੈਡਿਊਲ ਆਫ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਇਹਨਾਂ ਨੇ ਪੁੱਛਿਆ ਕਿਹੜੀ ਇਨਕਲੂਡ ਨਹੀਂ ਹੈ ਉਸ ਦਾ ਅਨਸਰ ਹੋਗਾ ਮਨੀਪੁਰ ਨੈਕਸਟ ਕੁਐਸਚਨ ਹੈ ਆਪਣਾ 19 ਨੰਬਰ ਕੁਐਸਚਨ ਰਾਖੀਗੜੀ ਸਾਈਟ ਆਈਡੀ ਇਹ ਇੰਡਸ ਵੈਲੀ ਸਿਵਿਲੇਸ਼ਨ ਦੀ ਇੱਕ ਸਾਈਟ ਹੈ ਇਸ ਨੂੰ ਡਿਸਕਵਰ ਕਿਸ ਨੇ ਕੀਤਾ ਸੀ ਤੁਹਾਡੇ ਆਪਸ਼ਨ ਨੇ ਰਫੀਕ ਮੁਗਲ ਆਰਐਸ ਬਿਸਟ ਜੇਪੀ ਯੋਸ਼ੀ ਜਾਂ ਫਿਰ ਆਦੀਪ ਬੈਨਰਜੀ ਰਾਖੀਗੜੀ ਇੱਕ ਸਿੰਧ ਬੇਸਿਕ ਸਾਈਟ ਇੰਡਸ ਵੈਲੀ ਸਿਵਿਲੇਸ਼ਨ ਦੀ ਇਸ ਨੂੰ ਫਾਊਂਡ ਕੀਤਾ ਸੀ ਡਿਸਕਵਰ ਕੀਤਾ ਸੀ ਰਫੀਕ ਮੁਗਲ ਨੇ ਇਸੇ ਰਾਈਟ ਆਨਸਰ ਹੈ ਆਪਣਾ ਸਕੂਸ਼ਨ ਦਾ ਏ ਆਪਸ਼ਨ ਰਫੀਕ ਮੁਗਲ ਦੇ ਦੁਆਰਾ ਇੱਕ ਇੰਡਸ ਵੈਲੀ ਸਿਵਿਲੇਸ਼ਨ ਦੀ ਇੱਕ ਸਾਈਟ ਫਾਊਂਡ ਕੀਤੀ ਗਈ ਸੀ ਐਸਟੈਬਲਿਸ਼ ਕੀਤੀ ਗਈ ਸੀ ਡਿਸਕਵਰ ਕੀਤੀ ਗਈ ਸੀ ਰਾਖੀਗੜੀ ਸਾਈਟ ਇਸੇ ਰਾਈਟ ਆਨਸਰ ਹੈ ਆਪਣਾ ਸਕੂਸ਼ਨ ਦਾ ਏ ਆਪਸ਼ਨ ਰਫੀਕ ਮੁਗਲ ਇਸ ਤੋਂ ਇਲਾਵਾ ਜਿਹੜੇ ਆਪਣੇ ਬੀ ਔਰ ਸੀ ਆਪਸ਼ਨ ਨੇ ਆਰਐਸ ਬਿਸ਼ਟ ਔਰ ਜੇਪੀ ਜੋਸ਼ੀ ਇਹਨਾਂ ਦੇ ਦੁਆਰਾ ਇੱਕ ਧੋਲਾਵੀਰਾ ਸਾਈਟ ਆਈਡੀ ਇੰਡਸ ਵੈਲੀ ਸਿਵਿਲੇਸ਼ਨ ਦੀ ਇਸ ਨੂੰ ਡਿਸਕਵਰ ਕੀਤਾ ਗਿਆ ਸੀ ਧੋਲਾਵੀਰਾ ਸਾਈਟ ਨੂੰ ਜੇਪੀ ਬੇਸਟ ਔਰ ਜੇਪੀ ਜੋਸ਼ੀ ਇਹ ਵੀ ਤੁਸੀਂ ਯਾਦ ਰੱਖੋ ਨੈਕਸਟ ਕੁਐਸਚਨ ਹੈ ਆਪਣਾ ਬੀ ਨੰਬਰ ਕੁਐਸਚਨ ਹੈ 20th ਨੰਬਰ ਕੁਐਸਚਨ ਇੰਟੀਗ੍ਰੇਟਡ ਰੂਰਲ ਡਵੈਲਪਮੈਂਟ ਪ੍ਰੋਗਰਾਮ ਹੈਡਾ ਇਹ ਕਿਸ ਸਾਲ ਦੇ ਵਿੱਚ ਲਾਂਚ ਕੀਤਾ ਗਿਆ ਸੀ ਇੰਟੀਗ੍ਰੇਟਡ ਰੂਰਲ ਡਵੈਲਪਮੈਂਟ ਪ੍ਰੋਗਰਾਮ ਲਾਂਚਡ ਇਨ ਵਿਚ ਇਅਰ ਇਸ ਨੂੰ ਲਾਂਚ ਕੀਤਾ ਗਿਆ ਸੀ 1978 ਦੇ ਵਿੱਚ ਇਸੇ ਆਈਟਮਸ ਆਪਾਂ ਇਸ ਕੁਐਸਚਨ ਦਾ ਡੀ ਆਪਸ਼ਨ 1978 ਦੇ ਵਿੱਚ ਲਾਂਚ ਕੀਤਾ ਗਿਆ ਸੀ ਜਿਹੜਾ ਇੰਟੀਗ੍ਰੇਟਿਡ ਰੂਰਲ ਡਿਵੈਲਪਮੈਂਟ ਪ੍ਰੋਗਰਾਮ ਹੈ ਇਹਨੂੰ ਲਾਂਚ ਕੀਤਾ ਗਿਆ ਸੀ 1978 ਦੇ ਵਿੱਚ ਇਸ ਤੋਂ ਇਲਾਵਾ ਆਪਾਂ ਨੂੰ ਇੱਕ ਕੁਐਸਚਨ ਪੁੱਛਿਆ ਜਾਂਦਾ ਹੈ 20 ਪੁਆਇੰਟ ਪ੍ਰੋਗਰਾਮ ਦੇ ਬਾਰੇ 20 ਪੁਆਇੰਟ ਪ੍ਰੋਗਰਾਮ ਹੈ ਡਾ ਇਹ ਕਦੋਂ ਲਾਂਚ ਕੀਤਾ ਗਿਆ ਸੀ ਇਸ ਦਾ ਆਨਸਰ ਹੋਏਗਾ 1975 ਦੋਨਾਂ ਨੂੰ ਕਨਫਿਊਜ਼ ਨਹੀਂ ਕਰਨਾ ਹੈ ਜੋ 20 ਪੁਆਇੰਟ ਪ੍ਰੋਗਰਾਮ ਹੈ ਇਸ ਨੂੰ ਲੌਂਚ ਕੀਤਾ ਗਿਆ ਸੀ 1975 ਦੇ ਵਿੱਚ ਇੰਟੀਗ੍ਰੇਟਿਡ ਰੂਰਲ ਡਿਵੈਲਪਮੈਂਟ ਪ੍ਰੋਗਰਾਮ ਨੂੰ ਲੌਂਚ ਕੀਤਾ ਗਿਆ ਸੀ 1978 ਦੇ ਵਿੱਚ ਦੋਨੋਂ ਯਾਦ ਰੱਖੋ ਨੈਕਸਟ ਪੰਜ ਕੁਐਸਚਨ ਇਹੜੇ ਇਹ ਕੰਰੰਟ ਅਫੇਅਰਸ ਤੋਂ ਨੇ ਇਹਨਾਂ ਨੂੰ ਡਿਸਕਸ ਕਰਦੇ ਹਾਂ ਇਸ ਤੋਂ ਬਾਅਦ ਇੱਕ ਕੁਐਸਚਨ ਹੋਏਗਾ ਤੁਹਾਡੇ ਲਈ ਜਿਸ ਆਨਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸਣਾ ਹੈ 21 ਨੰਬਰ ਕੁਐਸਚਨ ਹੈ ਆਪਣਾ ਕੰਰੰਟ ਅਫੇਅਰ ਦਾ ਪਹਿਲਾ ਕੁਐਸਚਨ ਹੈ ਇੰਡੀਆ ਇਨਫਰਾਸਟ੍ਰਕਚਰ ਫਾਈਨਾਂਸ ਕੰਪਨੀ ਲਿਮਟਿਡ IIFC L ਹੈਜ਼ ਅਪੋਇੰਟਡ ਹਮ ਐਜ਼ ਇਟਸ ਮੈਨੇਜਿੰਗ ਡਾਇਰੈਕਟਰ ਯਾਨੀ ਇੰਡੀਅਨ ਇਨਫਰਾਸਟ੍ਰਕਚਰ ਫਾਈਨਾਂਸ ਕੰਪਨੀ ਲਿਮਟਿਡ ਦੇ ਜਿਹੜੇ ਮੈਨੇਜਿੰਗ ਡਾਇਰੈਕਟਰ ਬਣੇ ਨੇ ਐਮਡੀ ਬਣੇ ਨੇ ਕੌਣ ਬਣੇ ਨੇ ਤੁਹਾਡੇ ਆਪਸ਼ਨ ਨੇ ਪੀ ਆਰ ਜੈ ਸ਼ੰਕਰ ਰਵੀ ਸੁਬਰਮਨੀਅਨ ਅਲੋਕ ਦੁੱਬੇ ਜਾਂ ਫਿਰ ਕਮਲ ਪਾਂਡੇ ਇਹ ਨੇ ਪੀ ਆਰ ਜੈ ਸ਼ੰਕਰ ਪੀ ਆਰ ਜੈ ਸ਼ੰਕਰ ਨੇ ਜਿਹੜੇ ਇਹਨਾਂ ਨੂੰ ਅਪੁਆਇੰਟ ਕੀਤਾ ਗਿਆ ਹੈ ਐਸ ਦਾ ਮੈਨੇਜਿੰਗ ਡਾਇਰੈਕਟਰ ਆਫ ਇੰਡੀਅਨ ਇਨਫਰਾਸਟ੍ਰਕਚਰ ਫਾਈਨਾਂਸ ਕੰਪਨੀ ਲਿਮਟਿਡ ਇਸ ਲਈ ਰਾਈਟ ਆਨਸਰ ਹੈ ਆਪਣਾ ਇਸ ਕੁਐਸਚਨ ਦਾ ਏ ਆਪਸ਼ਨ ਪੀ ਆਰ ਜੈ ਸ਼ੰਕਰ ਨੈਕਸਟ ਕੁਐਸਚਨ ਹੈ ਆਪਣਾ 22 ਨੰਬਰ ਕੁਐਸਚਨ ਵਿਚ ਅਮੰਗ ਦਾ ਫੋਲੋਇੰਗ ਕੰਪਨੀਆਂ ਹੈਜ਼ ਅ ਲਾਂਚਡ ਐਨ ਐਪ ਕਾਲਡ ਕੋਲਾਬ ਐਪ ਫॉर ਕ੍ਰੀਏਟਿੰਗ ਸ਼ਾਰਟ 뮤직 ਵੀਡੀਓਜ਼ ਯਾਨੀ ਕਿਸ ਕੰਪਨੀ ਦੇ ਦੁਆਰਾ ਲਾਂਚ ਕੀਤੀ ਗਈ ਹੈ ਇੱਕ ਐਪ ਇਹ ਇੱਕ ਐਪ ਹੈ ਜਿਸ ਦਾ ਨਾਮ ਹੈ ਕੋਲਾਬ ਐਪ ਇਹ ਜਿਹੜੀਆਂ ਛੋਟੀਆਂ ਵੀਡੀਓਜ਼ ਹੁੰਦੀਆਂ ਨੇ 뮤직 ਵੀਡੀਓਜ਼ ਇਹਨਾਂ ਨੂੰ ਕ੍ਰੀਏਟ ਕਰਨ ਦੇ ਲਈ ਇਹ ਐਪ ਲਾਂਚ ਕੀਤੀ ਗਈ ਹੈ ਕਿਸ ਨੇ ਲਾਂਚ ਕੀਤਾ ਕੋਲਾਬ ਐਪ ਨੂੰ ਤੁਹਾਡੇ ਆਪਸ਼ਨ ਨੇ YouTube ਨੇ Facebook ਨੇ Google ਨੇ ਜਾਂ ਫਿਰ Instagram ਨੇ ਇਸ ਨੂੰ ਰੀਸੈਂਟਲੀ ਲਾਂਚ ਕੀਤਾ ਹੈ Facebook ਨੇ ਇਸੀ ਆਈਟਮ ਸੇ ਆਪਣਾ ਇਸ ਕੁਐਸਚਨ ਦਾ ਬੀ ਆਪਸ਼ਨ ਫੇਸਬੁਕ ਦੇ ਦੁਆਰਾ ਇੱਕ ਕੋਲਾਬ ਐਪ ਹੈਡੀ ਇਹ ਲਾਂਚ ਕੀਤੀ ਗਈ ਹੈ ਸ਼ਾਰਟ ਮਿਊਜ਼ਿਕ ਵੀਡੀਓਜ਼ ਨੂੰ ਕ੍ਰੀਏਟ ਕਰਨ ਦੇ ਲਈ ਇਸੀ ਆਈਟਮ ਸੇ ਆਪਣਾ ਇਸ ਕੁਐਸਚਨ ਦਾ ਬੀ ਆਪਸ਼ਨ ਫੇਸਬੁਕ ਇਸ ਤੋਂ ਇਲਾਵਾ ਤੁਸੀਂ ਇਹ ਵੀ ਯਾਦ ਰੱਖਣਾ ਹੈ ਫੇਸਬੁਕ ਦੇ ਜਿਹੜੇ ਸੀਓ ਨੇ ਉਹ ਨੇ ਮਾਰਕ ਜੈਕਰਬਰਗ ਮਾਰਕ ਜੈਕਰਬਰਗ ਨੈਕਸਟ ਕੁਐਸਚਨ ਹੈ ਆਪਣਾ 23 ਨੰਬਰ ਕੁਐਸਚਨ ਹੂ ਹੈਜ਼ ਬੀਨ ਰੋਪਡ ਇਨ ਦਾ ਜੁਨਾਈਟਡ ਨੇਸ਼ਨਸ ਦ ਚਿਲਡਰਨਸ ਫੰਡਰ ਟੂ ਸਪਰੈਡ ਅਵੇਨਸ ਅਬਾਊਟ ਮੈਨਸਟ੍ਰੂਅਲ ਹਾਈਜੀਨ ਯਾਨੀ ਯੂਨੀਸੈਫ ਦੇ ਦੁਆਰਾ ਕਿਸ ਨੂੰ ਐਸ ਦਾ ਪ੍ਰਾਇਮ ਇਨਵ ਸਪਰੈਡ ਅਵੇਰਨੈਸ ਅਵੇਰਨੈਸ ਫੈਨਾਨ ਦੇ ਲਈ ਅਬਾਊਟ ਮੈਨਸਟਰੂਲ ਹਾਈਜੀਨ ਦੇ ਬਾਰੇ ਯਾਨੀ ਮੈਨਸਟਰੂਲ ਹਾਈਜੀਨ ਦੇ ਅ ਅਵੇਰਨੈਸ ਫੈਨਾਨ ਦੇ ਲਈ ਅਪਾਇੰਟ ਕੀਤਾ ਗਿਆ ਹੈ ਐਸ ਦਾ ਬ੍ਰਾਂਡ ਐਮਬੈਸਡਰ ਯੂਨੀਸੈਫ ਦੇ ਦੁਆਰਾ ਕਿਸ ਨੂੰ ਅਪਾਇੰਟ ਕੀਤਾ ਗਿਆ ਹੈ ਇਹ ਆਪਸ਼ਨ ਹੈ ਤੁਹਾਡੇ ਮਾਨੁਸ਼ੀ ਸ਼ੈਲਰ ਪ੍ਰਾਂਕਾ ਚੌਪੜਾ ਸ਼ੁਸ਼ਮਿਤਾ ਸੇਨ ਜਾਂ ਫਿਰ ਦੀਪਿਕਾ ਪਾਦੁਕੋਨ ਇਹ ਅਪਾਇੰਟ ਕੀਤਾ ਗਿਆ ਹੈ ਮਾਨੁਸ਼ੀ ਸ਼ੈਲਰ ਨੂੰ ਏਸੀ ਰਾਈਟ ਅਨਸਰ ਹੈ ਆਪਣਾ ਇਸ ਕੁਐਸਚਨ ਦਾ ਇਹ ਆਪਸ਼ਨ ਮਾਨੁਸ਼ੀ ਸ਼ੈਲਰ ਨੂੰ ਅਪਾਇੰਟ ਕੀਤਾ ਗਿਆ ਹੈ ਐਸ ਦਾ ਐਮਬੈਸਡਰ ਆਫ ਯੂਨੀਸੈਫ ਬਾ ਫੋਰ ਦਾ ਮੈਨਸਟਰੂਲ ਹਾਈਜ ਮੈਨਸਟ੍ਰੂਅਲ ਹਾਈਜੀਨ ਦੇ ਰਿਗਾਰਡਿੰਗ ਅ ਅਵੇਅਰਨੈਸ ਫਲਾਨ ਦੇ ਲਈ ਅਪੁਆਇੰਟ ਕੀਤਾ ਗਿਆ ਹੈ ਇਸੇ ਆਈਟਮ ਸ ਹੈ ਆਪਣਾ ਇਸ ਕੁਐਸਚਨ ਦਾ ਏ ਆਪਸ਼ਨ ਮਨੁਸ਼ੀ ਸ਼ਿੱਲਰ ਆਈ ਹੋਪ ਤੁਹਾਨੂੰ ਇਹ ਕੁਐਸਚਨ ਵੇਲਾ ਸਹੀ ਅਟੈਂਪਟ ਕੀਤਾ ਹੋਏਗਾ ਨੈਕਸਟ ਕੁਐਸਚਨ ਹੈ ਆਪਣਾ 24 ਨੰਬਰ ਕੁਐਸਚਨ ਹੂ ਹੈਸ ਟੇਕਨ ਓਵਰ ਐਸ ਦਾ ਚਾਰਜ ਐਸ ਅ ਸਕੱਰੇਟਰੀ ਇਨ ਦਾ ਮਿਨਿਸਟਰੀ ਆਫ ਸਟੀਲ ਯਾਨੀ ਕਿਨੂੰ ਚਾਰਜ ਦਿੱਤਾ ਗਿਆ ਹੈ ਐਸ ਅ ਸਕੱਰੇਟਰੀ ਇਨ ਦਾ ਮਿਨਿਸਟਰੀ ਆਫ ਸਟੀਲ ਦੇ ਵਿੱਚ ਮਿਨਿਸਟਰੀ ਆਫ ਸਟੀਲ ਦੇ ਵਿੱਚ ਜਿਹੜੇ ਸਕੱਰੇਟਰੀ ਬਣੇ ਨੇ ਕੌਣ ਬਣੇ ਨੇ ਤੁਹਾਡੇ ਆਪਸ਼ਨ ਹੈ ਹਰਸ਼ਵਰਧਨ ਸ਼੍ਰਿੰਗਲਾ प्रदीप कुमार त्रिपाठी अजय भूषण पांडे या फिर सुरेश चंद्रा यह रिसेंटली अपॉइंट किया गया है प्रदीप कुमार त्रिपाठी ने इसी राइट आंसर अपना क्वेश्चन का भी ऑप्शन प्रदीप कुमार त्रिपाठी अपॉइंट किया गया है एज अ सैक्रेटरी इन द मिनिस्ट्री ऑफ स्टील इसी राइट आंसर अपना इस क्वेश्चन का भी ऑप्शन प्रदीप कुमार त्रिपाठी नेक्स्ट क्वेश्चन है अपना लास्ट क्वेश्चन पच्ची नंबर क्वेश्चन हु हैज बीन अपॉइंटेड एज अ गुडविल एम्बैसडर टू द पुअर फॉर द यूनाइटेड नेशंस एसोसिएशन फॉर डेवलपमेंट एंड पीस ਯਾਨੀ ਕਿਸ ਨੂੰ ਪੁਆਇੰਟ ਕੀਤਾ ਗਿਆ ਹੈ ਐਜ਼ ਅ ਗੁੱਡਵਿਲ ਐਮਬੈਸਾਡਰ ਟੂ ਦਾ ਪੋਰ ਫॉर ਦਾ ইউনাইটেড ਨੇਸ਼ਨਸ ਐਸੋਸੀਏਸ਼ਨ ਫॉर ਡਿਵੈਲਪਮੈਂਟ ਐਂਡ ਪੀਸ ਕਿਸ ਨੂੰ ਪੁਆਇੰਟ ਕੀਤਾ ਗਿਆ ਤੁਹਾਡੇ ਆਪਸ਼ਨ ਨੇ ਲక్ష్ਮੀ ਵਿਜਾਇਆ ਨੀਧੀ ਕੁਮਾਰੀ ਗਾਇਤਰੀ ਮੈਨਨ ਜਾਂ ਫਿਰ ਐਮ ਨੇਥਰਾ ਇਹ ਚਾਰ ਆਪਸ਼ਨ ਨੇ ਇਸ ਦਾ ਆਨਸਰ ਹੈ ਡੀ ਆਪਸ਼ਨ ਐਮ ਨੇਥਰਾ ਨੇ ਜਿਹਨੇ ਇਹਨਾਂ ਨੂੰ ਅਪਾਇੰਟ ਕੀਤਾ ਗਿਆ ਹੈ ਐਜ਼ ਅ ਗੁੱਡਵਿਲ ਐਮਬੈਸਾਡਰ ਟੂ ਦਾ ਪੋਰ ਫॉर ਦਾ ইউনাইটেড ਨੇਸ਼ਨਸ ਐਸੋਸੀਏਸ਼ਨ ਫॉर ਡਿਵੈਲਪਮੈਂਟ ਐਂਡ ਪੀਸ ਇਸ ਲਈ ਆਪਣਾ ਜੋ ਆਈਟਮਸ ਹੈ ਕੁਐਸਚਨ ਆ ਉਹ ਹੈ ਡੀ ਆਪਸ਼ਨ ਐਮ ਨੇਥਾ ਏਸੀ 25 ਕੁਐਸ਼ਨਸ 25 ਕੁਐਸ਼ਨਸ ਜੀਕੇ ਦੇ ਔਰ ਪਲੱਸ ਕਰੰਟ ਅਫੇਅਰਸ ਦੇ ਕੁਐਸ਼ਨਸ ਸੀ ਇਸ ਦੇ ਵਿੱਚ ਇਨਕਲੂਡ ਕੀਤੇ ਗਏ ਸੀ ਪੰਜ ਕੁਐਸ਼ਨਸ ਇਹ ਜਿਹੜੇ ਕਰੰਟ ਅਫੇਅਰਸ ਦੇ ਕੁਐਸ਼ਨਸ ਸੀ ਇਹ ਜੂਨ ਦੇ ਵਿੱਚੋਂ ਸੀ ਯਾਨੀ ਜੂਨ ਦੇ ਕਰੰਟ ਅਫੇਅਰਸ ਦੇ ਵਿੱਚੋਂ ਪੰਜ ਕੁਐਸ਼ਨ ਜਿਹੜੇ ਇਸ ਵੀਡੀਓ ਦੇ ਵਿੱਚ ਇਨਕਲੂਡ ਕੀਤੇ ਗਏ ਸੀ ਇਸ ਤੋਂ ਵਿੱਚ ਇਸ ਤੋਂ ਬਾਅਦ ਇੱਕ ਕੁਐਸ਼ਨ ਹੈ ਤੁਹਾਡੇ ਲਈ ਜਿਸ ਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸਣਾ ਹੈ ਕੁਐਸ਼ਨ ਫਾਰ 올 ਆਫ ਯੂ ਵਿਚ ਆਫ ਦਾ ਫੋਲੋਇੰਗ ਵਾਸ ਦਾ ਫਰਸਟ ਫਾਈਨਾਂਸ ਮਿਨਿਸਟਰ ਆਫ ਇੰਡੀਪੈਂਡੈਂਟ ਇੰਡੀਆ ਯਾਨੀ ਸੁਤੰਤਰ ਭਾਰਤ ਦਾ ਇਸ ਜਿਹੜੇ ਪਹਿਲੇ ਫਾਈਨਾਂਸ ਮਿਨਿਸਟਰ ਬਣੀ ਸੀ ਉਹ ਕੌਣ ਬਣੀ ਸੀ ਤੁਹਾਡੇ অপਸ਼ਨ ਨੇ ਆਰ ਕੇ ਸ਼ਨਮੁਖਮ ਸ਼ੱਟੀ ਜੋਹਨ ਮਿਥਾਈ ਸੀ ਡੀ ਦੇਸ਼ਮੋਕ ਜਾਂ ਫਿਰ ਜੋਹਰ ਲਾਲ ਨਹਿਰੋ ਆਨਸਰ ਕਮੈਂਟ ਬਾਕਸ ਦੇ ਵਿੱਚ ਕੌਣ ਬਣੀ ਸੀ ਇੰਡੀਆ ਦੇ ਸੁਤੰਤਰ ਭਾਰਤ ਦੇ ਪਹਿਲੇ ਫਾਈਨਾਂਸ ਮਿਨਿਸਟਰ ਆਨਸਰ ਕਮੈਂਟ ਬਾਕਸ ਦੇ ਵਿੱਚ ਲੈ ਕੇ ਦੱਸਣਾ ਹੈ ਸੋ ਇਹ ਸੀ ਬੈਸਟ ਕੁਐਸਚਨਸ ਮੌਕ ਟੈਸਟ ਨੰਬਰ 5th ਦੇ ਜੋ ਆਪਾਂ ਨੇ ਕਾਫੀ ਡਿਟੇਲ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਸੀਰੀਜ਼ ਹੈ ਜਿਹੜੀ ਇਹ ਡੇਲੀ ਲਾਈਵ ਤੁਹਾਨੂੰ ਮਿਲੇਗੀ 8 15 ਦੇ ਉੱਪਰ 8 15 ਦੇ ਉੱਪਰ ਤੁਹਾਨੂੰ ਡੇਲੀ ਇਹ ਲਾਈਵ ਪ੍ਰੋਵਾਈਡ ਕੀਤੀ ਜਾਏਗੀ ਪੰਜਾਬ ਆਈਕਿਊ ਚੈਨਲ ਦੇ ਉੱਪਰ ਪੰਜਾਬ ਆਈਕਿਊ ਚੈਨਲ ਦੇ ਉੱਪਰ ਡੇਲੀ ਬੇਸ ਦੇ ਉੱਪਰ ਤੁਹਾਨੂੰ ਇਹ ਸੀਰੀਜ਼ ਹੈ ਜਿਹੜੀ ਰੀਕੰਟੀਨਿਊ ਕੀਤੀ ਜਾਏਗੀ ਬਿਲਕੁਲ ਫ੍ਰੀ ਆਫ ਕਾਸਟ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਆਦਾ ਤੋਂ ਜਿਆਦਾ ਆਪਣੇ ਫਰੈਂਡ ਨਾਲ ਸ਼ੇਅਰ ਕਰੋ ਪੰਜਾਬ ਆਈਕਿਊ ਚੈਨਲ ਨੂੰ ਕਿਉਂਕਿ ਪੰਜਾਬ ਆਈਕਿਊ ਚੈਨਲ ਹੈ ਜਿਹੜਾ ਇਹ ਸਪੈਸ਼ਲੀ ਫਾਰ ਪੰਜਾਬ ਐਗਜ਼ਾਮਸ ਦੇ ਲਈ ਤਿਆਰ ਕੀਤਾ ਗਿਆ ਹੈ ਸਪੈਸ਼ਲੀ ਫਾਰ ਪੰਜਾਬ ਐਗਜ਼ਾਮਸ ਚਾਹੇ ਉਹ ਐਗਜ਼ਾਮ ਪੀਸੀਐਸ ਦਾ ਐਗਜ਼ਾਮ ਹੋਵੇ ਚਾਹੇ ਉਹ ਐਗਜ਼ਾਮ ਪ੍ਰਿੰਸੀਪਲ ਹੈਡਮਾਸਟਰ ਬੀਪੀਓ ਜਾਂ ਫਿਰ ਪਟਵਾਰੀ ਐਗਜ਼ਾਮ ਹੋਵੇ ਕੋਈ ਵੀ ਐਗਜ਼ਾਮ ਹੋਵੇ ਪੰਜਾਬ ਦਾ ਉਸਦੇ ਲਈ ਆਪਾਂ ਨੇ ਇੱਕ ਸਪੈਸ਼ਲ ਚੈਨਲ ਕ੍ਰੀਏਟ ਕੀਤਾ ਹੈ ਜਿਸ ਦਾ ਨਾਮ ਹੈ ਪੰਜਾਬ ਆਈਕਿਊ ਫਾਰ ਸਪੈਸ਼ਲ ਪੰਜਾਬ ਐਗਜ਼ਾਮਸ ਇਸ ਨੂੰ ਸਬਸਕ੍ਰਾਈਬ ਕਰੋ ਜਿਆਦਾ ਤੋਂ ਜਿਆਦਾ ਆਪਣੇ ਫਰੈਂਡ ਨਾਲ ਸ਼ੇਅਰ ਕਰੋ ਕਿਉਂਕਿ ਇਸ ਤੋਂ ਬਾਅਦ ਇਹ ਮੌਕ ਟੈਸਟ ਸੀਰੀਜ਼ ਔਰ ਡਾਇਰੈਕਟ ਪੰਜਾਬ ਦੇ ਰਿਲੇਟਡ ਜੋ ਵੀ ਵੀਡੀਓਜ਼ ਹੁੰਦੀਆਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਸਾਡੇ ਚੈਨਲ ਪੰਜਾਬ ਆਈਕਿਊ ਚੈਨਲ ਦੇ ਉੱਪਰ ਅਵੇਲੇਬਲ ਕਰਵਾਈਆਂ ਜਾਣਗੀਆਂ ਬਿਲਕੁਲ ਫ੍ਰੀ ਆਫ ਕਾਸਟ ਇਸ ਲਈ ਤੁਸੀਂ ਪੰਜਾਬ ਆਈਕਿਊ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਆਦਾ ਤੋਂ ਜਿਆਦਾ ਆਪਣੇ ਫਰੈਂਡਾਂ ਨਾਲ ਸ਼ੇਅਰ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਸਟੂਡੈਂਟ ਪੰਜਾਬ IQ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨ ਤਾਂ ਕਿ ਜਿਆਦਾ ਤੋਂ ਜਿਆਦਾ ਵੀਡੀਓਜ਼ ਦਾ ਫਾਇਦਾ ਉਠਾ ਸਕਣ ਇਸ ਪੰਜਾਬ IQ ਚੈਨਲ ਦੀ ਵੀਡੀਓਜ਼ ਦੇ ਉੱਪਰ ਕਿਉਂਕਿ ਇਸ ਦੇ ਉੱਪਰ ਕਰੰਟ ਅਫੇਅਰਸ ਸਾਰੇ ਜਿਹੜੇ ਕਰੰਟ ਅਫੇਅਰਸ ਹੋਣਗੇ ਤੁਹਾਨੂੰ ਜਨਵਰੀ ਤੋਂ ਲੈ ਕੇ ਬੈਸਟ ਜਿਹੜੇ ਕਰੰਟ ਅਫੇਅਰਸ ਦੇ ਐਮਸੀਕਿਊਜ਼ ਹੋਣਗੇ ਉਹ ਤੁਹਾਨੂੰ ਪੰਜਾਬੀ ਦੇ ਵਿੱਚ ਕਰਵਾਏ ਜਾਣਗੇ ਇਸ ਚੈਨਲ ਦੇ ਉੱਪਰ ਜਿਸ ਦਾ ਨਾਮ ਹੈ ਪੰਜਾਬ IQ ਇਸ ਤੋਂ ਇਲਾਵਾ ਜਿਹੜੇ ਪੰਜਾਬੀ ਪੰਜਾਬੀ ਈਕਿਊ ਚੈਨਲ ਦੇ ਉੱਪਰ ਜਿਹੜੇ ਪੰਜਾਬ ਦੇ ਕਰੰਟ ਅਫੇਅਰਸ ਨੇ ਲਾਸਟ 6 ਮਹੀਨਿਆਂ ਦੇ ਉਸ ਦੀ ਵੀਡੀਓ ਵੀ ਤੁਹਾਨੂੰ ਅਵੇਲੇਬਲ ਕਰਵਾਈ ਜਾਏਗੀ ਕਿਉਂਕਿ ਕਾਫੀ ਸਟੂਡੈਂਟ ਸੀ ਡਿਮਾਂਡ ਸੀ ਕਿ ਸਰ ਪੰਜਾਬ ਪੀਸੀਐਸ ਦੇ ਇਗਜ਼ਾਮ ਦੇ ਵਿੱਚ ਕਿਉਂਕਿ ਕਰੰਟ ਅਫੇਅਰਸ ਕਾਫੀ ਪੁੱਛੇ ਜਾਂਦੇ ਨੇ ਪੰਜਾਬ ਇਗਜ਼ਾਮ ਦੇ ਵਿੱਚ ਪੰਜਾਬ ਦੇ ਕਰੰਟ ਅਫੇਅਰਸ ਆ ਇਸਲੀ ਕਾਫੀ ਸਟੂਡੈਂਟ ਸੀ ਡਿਮਾਂਡ ਸੀ ਕਿ ਸਰ ਪੀਸੀਐਸ ਲਈ ਇੱਕ ਪੰਜਾਬ ਦੇ ਕਰੰਟ ਅਫੇਅਰਸ ਦੇ 6 ਮਹੀਨਿਆਂ ਦੇ ਤਿਆਰ ਕੀਤੇ ਜਾਣ ਤੁਹਾਡੀ ਡਿਮਾਂਡ ਦੇ ਉੱਪਰ ਪੰਜਾਬੀ ਦੇ ਵਿੱਚ ਕਰੰਟ ਅਫੇਅਰਸ ਪ੍ਰੋਵਾਈਡ ਕੀਤੇ ਜਾਣਗੇ ਤੁਹਾਨੂੰ ਪੰਜਾਬ IQ ਚੈਨਲ ਦੇ ਉੱਪਰ ਬਹੁਤ ਹੀ ਚੱਲਦਾ ਇਸ ਲਈ ਤੁਸੀਂ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰੋ ਪੰਜਾਬ IQ ਚੈਨਲ ਨੂੰ ਤਾਂ ਕਿ ਜੋ ਵੀ ਸਟੂਡੈਂਟਸ ਪੰਜਾਬ ਦੀ ਕਿਸੇ ਵੀ ਪੋਸਟ ਲਈ ਤਿਆਰੀ ਕਰ ਰਹੇ ਨੇ ਉਹਨਾਂ ਤੱਕ ਇਹ ਚੈਨਲ ਦੀ ਰეკਮੈਂਡੇਸ਼ਨ ਪਹੁੰਚ ਸਕੇ ਜੇਕਰ ਤੁਸੀਂ ਇਸ ਵੀਡੀਓ ਦੀ ਪੀਡੀਐਫ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਟੈਲੀਗ੍ਰam ਚੈਨਲ ਪੰਜਾਬ IQ ਚੈਨਲ ਤੋਂ ਹੀ ਅਪਲੋਡ ਪ੍ਰਾਪਤ ਕਰ ਸਕਦੇ ਹੋ ਕਿਉਂਕਿ ਪੰਜਾਬ ਆਈਕਿਊ ਚੈਨਲ ਹੈ ਜਿਹੜਾ ਇਹ ਪੰਜਾਬ ਦੇ ਲਈ ਬਣਾਇਆ ਗਿਆ ਹੈ ਪੰਜਾਬ ਪੇਪਰਸ ਦੇ ਲਈ ਇਸ ਨੂੰ ਜਰੂਰ ਜੁਆਇਨ ਕਰੋ ਕਿਉਂਕਿ ਸਾਰੀਆਂ ਪੀਡੀਐਫਸ ਤੁਹਾਨੂੰ ਇਸ ਚੈਨਲ ਦੇ ਉੱਪਰ ਹੀ ਅਵੇਲੇਬਲ ਕਰਵਾਈਆਂ ਜਾਣਗੀਆਂ ਪੰਜਾਬ ਆਈਕਿਊ ਚੈਨਲ ਦੇ ਉੱਪਰ ਇਸ ਨੂੰ ਸਬਸਕ੍ਰਾਈਬ ਕਰੋ ਔਰ ਇਸ ਟੈਲੀਗ੍ਰਾਮ ਗਰੁੱਪ ਨੂੰ ਵੀ ਜਰੂਰ ਜੁਆਇਨ ਕਰੋ ਕਿਉਂਕਿ ਸਾਰੀਆਂ ਪੀਡੀਐਫਸ ਜਿੰਨੀਆਂ ਵੀ ਵੀਡੀਓਜ਼ ਹੋਣਗੀਆਂ ਤੁਹਾਨੂੰ ਸਾਰੀਆਂ ਉਹਨਾਂ ਦੀਆਂ ਵੀਡੀਓ ਦੀ ਪੀਡੀਐਫਸ ਤੁਹਾਨੂੰ ਅਵੇਲੇਬਲ ਕਰਵਾਈਆਂ ਜਾਣਗੀਆਂ ਪੰਜਾਬ ਆਈਕਿਊ ਚੈਨਲ ਨੂੰ ਚੈਨਲ ਦੇ ਉੱਪਰ ਜਿਹੜਾ ਆਪਣਾ ਟੈਲੀਗ੍ਰam ਚੈਨਲ ਦਾ ਗਰੁੱਪ ਬਣਿਆ ਹੋਇਆ ਹੈ ਉਸ ਨੂੰ ਵੀ ਜ਼ਰੂਰ ਜੁਆਇਨ ਕਰਨਾ ਹੈ ਸੋ ਇਸ ਵੀਡੀਓ ਵਿੱਚ ਬਸ ਇੰਨਾ ਹੀ ਮਿਲਦਾ ਨੈਕਸਟ ਵੀਡੀਓ ਵਿੱਚ ਸੋ ਥੈਂਕਸ ਫॉर ਵਾਚਿੰਗ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋ ਤੋ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਜੇਕਰ ਤੁਸੀਂ ਸਾਡੇ ਚੈਨਲ ਪਰ ਪਹਿਲੀ ਬਾਰ ਵਿਜ਼ਿਟ ਕਰ ਰਹੇ ਹੋ ਤੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਇਸ ਤਰ੍ਹਾਂ ਦੀ ਜੋ ਡਿਟੇਲ ਦੇ ਵੀਡੀਓ ਵੀਡੀਓ ਹੁੰਦੀਆਂ ਨੇ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣਾ ਸੋ ਇਸ ਵੀਡੀਓ ਵਿੱਚ ਬਸ ਇੰਨਾ ਹੀ ਮਿਲਦਾ ਨੈਕਸਟ ਵੀਡੀਓ ਵਿੱਚ ਸੋ ਥੈਂਕਸ ਫॉर ਵਾਚਿੰਗ ਟੇ